ਪੰਜਾਬ ਦੇ ਜ਼ਿਆਦਾਤਰ ਨੌਜਵਾਨ ਅੱਜ ਨਸ਼ਿਆਂ ਦੇ ਦਰਿਆ ਵਿੱਚ ਫਸ ਚੁੱਕੇ ਨੇ ਅਤੇ ਨਸ਼ੇ ਦੀ ਆੜ ਵਿੱਚ ਰਹਿ ਕੇ ਗੁਰੂ ਘਰ ਨਾਲੋਂ ਦੂਰ ਹੁੰਦੇ ਜਾ ਰਹੇ ਨੇ। ਅੱਜ ਕਈ ਸੰਸਥਾਵਾਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਅਲੱਗ-ਅਲੱਗ ਉਪਰਾਲੇ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਪੰਜਾਬ ਦੇ ਸ਼ਹਿਰ ਬਠਿੰਡਾ ਵਿੱਚ ਨੌਜਵਾਨ ਮਨਜੀਤ ਸਿੰਘ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਅਨੇਕਾਂ ਉਪਰਾਲੇ ਕਰ ਰਿਹਾ ਹੈ। ਇਹ ਨੌਜਵਾਨ ਮੁੰਡਿਆਂ ਨੂੰ ਪੱਗ ਸੰਬੰਧੀ ਟ੍ਰੇਨਿੰਗ ਦੇ ਰਿਹਾ ਹੈ। ਮਨਜੀਤ ਸਿੰਘ ਨੇ ਕਿਹਾ ਕਿ ਇਹ ਉਸ ਦਾ ਕਿੱਤਾ ਨਹੀਂ ਸਗੋਂ ਹੋਰਨਾਂ ਨੌਜਵਾਨਾਂ ਨੂੰ ਪੱਗ ਸੰਬੰਧੀ ਟ੍ਰੇਨਿੰਗ ਦੇ ਕੇ ਉਸ ਨੂੰ ਸਿੱਖੀ ਨਾਲ ਜੋੜਨਾ ਹੈ। ਇਸ ਤੋਂ ਇਲਾਵਾ ਮਨਜੀਤ ਸਿੰਘ ਪੁਰਾਣੇ ਬਜ਼ੁਰਗਾਂ ਵਾਂਗ ਤੁਰ ਫਿਰ ਕੇ ਵੀ ਪੱਗ ਬੰਨ ਲੈਂਦਾ ਹੈ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ 8 ਮੀਟਰ ਦੀ ਪੱਗ ਕੇਵਲ 4 ਮਿੰਟਾਂ ਵਿੱਚ ਹੀ ਬੰਨ ਦਿੰਦਾ ਹੈ। मैं बठिंडे शहर विखे मतलब कि 1.5 साल तो अकैडमी चला रहा हाँ, जिंद मैं 650-600 के करीब स्टूडेंट सिखलाई दे चुका हाँ। मेरा शौक मैं बिना शीशा वेखे अखा से पट्टी बन के 4 मिनटों में पग बन लैंदा हाँ। उसका कहना है कि वह अगे तो सिखी नाल अजिहे नवे उपराले करता रहेगा।